ਦੋਸਤੋ 30 ਜੂਨ 2024 ਦਾ ਇੱਕ ਐਸਾ ਕਾਲਾ ਦਿਨ ਸੀ ਜਿਦੇ ਵਿੱਚ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਟੂਰਿਸਟ ਟੂ ਸਟੂਡੈਂਟ ਬੰਦ ਟੀਆਰ ਟੂ ਸਟੂਡੈਂਟ ਬੰਦ ਹੁਣ ਜਦ ਵੀ ਆਪਾਂ ਟੂਰਿਸਟ ਵੀਜ਼ਾ ਆਸਟ੍ਰੇਲੀਆ ਦਾ ਲੈ ਕੇ ਆਉਣੇ ਆ ਮਨ ਦੇ ਵਿੱਚ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ ਉੱਥੇ ਜਾ ਕੇ ਇਦਾਂ ਕਰ ਲਾਂਗੇ ਸਟੂਡੈਂਟ ਵੀਜ਼ੇ ਵਿੱਚ ਕਨਵਰਟ ਕਰ ਲਾਂਗੇ ਇਵਨ ਤੋਂ ਕਿ ਇੰਡੀਆ ਵਿੱਚ ਬੈਠੇ ਜਿਹੜੇ ਬੱਚੇ ਹੁੰਦੇ ਆ ਜਾਂ ਕਿਸੇ ਨੇ ਵੀ ਟੂਰਿਸਟ ਵੀਜ਼ੇ ਤੇ ਆਉਣਾ ਉਹਨਾਂ ਨੂੰ ਬਹੁਤ ਸਾਰੇ ਸੁਪਨੇ ਦਿਖਾਏ ਜਾਂਦੇ ਆ ਕਿ ਸਟੂਡੈਂਟ ਛੱਡੋ ਇਸ ਤਰ੍ਹਾਂ ਤੇ ਵਰਕ ਵੀਜ਼ਾ ਪਾ ਦਾਂਗੇ ਦੋਸਤੋ ਹੁਣ ਇੱਕ ਸਿੰਪਲ ਜੀ ਗੱਲ ਆ ਆਪਾਂ ਇੰਡੀਆ ਰਹਿਨੇ ਆ ਤੇ ਹਰ ਮੈਨੂੰ ਲੱਗਦਾ ਕਿ ਹਰ ਇੱਕ ਦਾ ਕੋਈ ਨਾ ਕੋਈ ਰਿਲੇਟਿਵ ਜਿਹੜਾ ਆਸਟ੍ਰੇਲੀਆ ਦੇ ਵਿੱਚ ਅੱਜ ਡੇਢ ਵਿੱਚ ਰਹਿ ਹੀ ਰਿਹਾ ਆ ਤੇ ਇੱਥੇ ਦੇ ਲੋਕ ਸਾਰੇ ਅਪਡੇਟ ਆ ਕਿ ਟੂਰਿਸਟ ਟੂ ਸਟੂਡੈਂਟ ਬੰਦ ਆ ਹੁਣ ਇੱਕ ਐਗਜ਼ਾਮਪਲ ਆ ਕਿ ਕੱਲ ਸਾਡੀ ਇੱਕ ਅਪਾਇੰਟਮੈਂਟ ਹੋਈ ਜਿਦੇ ਵਿੱਚ ਇੱਕ ਬੰਦਾ ਇੰਡੀਆ ਤੋਂ 25 ਲੱਖ ਰੁਪਈਆ ਦੇ ਕੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਪਹੁੰਚਿਆ ਕੱਲ ਉਹਨੇ ਅਪਾਇੰਟਮੈਂਟ ਲਈ ਤੇ ਕਹਿੰਦਾ ਜੀ ਇਹਦਾ ਕੋਸ਼ਿਸ਼ ਕਰੋ ਮੈਂ ਸੋਚ ਕੇ ਆਇਆ ਸੀਗਾ ਇੰਡੀਆ ਤੋਂ ਕਿ ਮੈਂ ਉੱਥੇ ਜਾ ਕੇ ਸਟੂਡੈਂਟ ਵੀਜ਼ਾ ਪਾ ਲੂੰਗਾ ਮੈਂ ਉੱਥੇ ਜਾ ਕੇ ਵਰਕ ਵੀਜ਼ਾ ਪਾ ਲੂੰਗਾ ਇਵਨ ਮੇਰੇ ਇੰਡੀਆ ਵਾਲੇ ਏਜੰਟ ਨੇ ਮੈਨੂੰ ਇਹ ਸੁਪਨੇ ਵੀ ਦਿਖਾਏ ਸੀ ਪਰ ਹੁਣ ਸਾਡੇ ਕੋਲ ਕੀ ਸੀ ਕੁਝ ਵੀ ਨਹੀਂ ਨਾ ਤੋਂ ਇਲਾਵਾ ਸੀ ਕੁਝ ਕਰ ਹੀ ਨਹੀਂ ਸਕਦੇ ਟੂਰਿਸਟ ਤੋਂ ਸਟੂਡੈਂਟ ਵੈਸੇ ਬਣਦਾ ਦੋਸਤੋ ਅਸੀਂ ਟਾਈਮ ਬਾਈ ਟਾਈਮ ਵੀਡੀਓਜ਼ ਪਾਉਂਦੇ ਰਹਿੰਦੇ ਆ ਆਪਣੇ ਚੈਨਲ ਤੇ ਤੇ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਚੈਨਲ ਤੇ ਜਿਹੜੀਆਂ ਵੀਡਿਓਜ਼ ਆਉਂਦੀਆਂ ਨੇ ਉਹ ਧਿਆਨ ਨਾਲ ਸੁਣਿਆ ਕਰੋ ਇਹ ਸਾਰੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਹੀ ਪਾਉਂਦੇ ਆ ਕਿ ਤੁਸੀਂ ਆਸਟ੍ਰੇਲੀਆ ਦੇ ਕਾਨੂੰਨਾਂ ਦੇ ਨਾਲ ਅਪਡੇਟ ਰਹੋ ਆਲਵੇਸ ਸੋ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਦੇ ਹੇਠਾ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜਾਂ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ ਧੰਨਵਾਦ